स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड पुट्टी वाला श्री मुक्तसर साहब इहनू जिला पैंदा दोस्तो। आस पास पिंडां दी गल करिए तां आसा बुटर ते थांदे वाला पिंड इहदे दूजे पासे रह जांदा, खिड़कियां वाला भी नेड़ है मुक्तसर जिला दोस्तो। ते जिहड़ी वीडियो बना रहे इहदे च दोस्तो एक नीली रावी नसल च पैंदी मज वकाऊ आ वीर कोल, दुद्ध भाई दसदा इहने चंगा दित्ता गब्बण है, तोर के दिखावांगे हवाना उदों दिसूगा। इस टाइम थोड़ा जा मेरे तो डरदी उहदे करके मेरे वल नूं खड़ी है, ते नाल ही इहदे एक इहदी झोटी इहदी धी आ पिछले सूए दी, उह वी वीर दसदा सी वी वेच देंगे। सो जोड़ा ही दोस्तों वकाऊ करता, मावां धीआं दोने वकाऊ है। इन्हां बारे डिटेल मैं बाई तो पुछदा, वीडियो नूं एंड तक देखो। जिहनूं इह मझ चंगी लगे, चंगे दुद्ध वाली मझ है, तुसीं खरीद सकदे हो, नंबर मैं स्क्रीन ते चला दूंगा, ते कट्टी बारे भी डिटेल जिहड़ी उह आपां बाई तो पुछ लांगे। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪਦਾ? ਮੇਜਰ ਸਿੰਘ ਜੀ। ਠੀਕ ਹੈ ਮੇਜਰ ਬਾਈ, ਦੁੱਧ ਵਾਸਤੇ ਰੱਖਦੇ ਹੋ ਪਸ਼ੂ ਘਰ ਦੇ ਵਿੱਚ? ਹਾਂਜੀ ਹਾਂਜੀ ਦੁੱਧ ਵਾਸਤੇ। ਠੀਕ ਹੈ ਵਾਸਤੇ ਦੁੱਧ ਵਾਸਤੇ। ਅੱਛਾ ਸ਼ੌਂਕ ਵੀ ਹੈ ਤੇ ਦੁੱਧ ਵਾਸਤੇ? ਹਾਂਜੀ। ਠੀਕ ਹੈ ਜਿਹੜੀ ਅੱਜ ਝੋਟੀ ਵਿਕਾਊ ਕੀਤੀ ਬਾਈ, ਕਹਿੰਦੇ ਮੈਂ ਸੂਆ ਸੂਗੀ ਇਹ ਵੀ ਤੀਜੇ ਸੂਏ ਸੂਗੀ ਹੁਣ ਤੀਜਾ ਸੂਆ ਸੂਗੀ ਹਾਂਜੀ। ਦੂਜੇ ਸੂਏ ਦੁੱਧ ਕਿੰਨਾ ਕੁ ਦਿੱਤਾ ਇਹਨੇ? ਦੂਜੇ ਸੂਏ ਨੇ ਦਿੱਤਾ ਹੈਗਾ ਮੰਨ ਲਓ ਵੀ 13 13.5 ਕੱਟੀ ਨੂੰ ਇੱਕ ਥਣ ਛੱਡ ਕੇ, ਇੱਕ ਥਣ ਕੱਟੀ ਨੂੰ ਛੱਡ ਕੇ 13 ਮਹੀਨੇ ਕੱਟੀ ਨੂੰ ਚੰਗਾਇਆ, ਇੱਕ ਥਣ ਪੂਰਾ। ਠੀਕ ਹੈ ਤਿੰਨ ਥਣ ਚੋਏ ਆ। ਅਗਲਾ ਥਣ ਚੰਗਾਉਂਦਾ ਸੀ ਕੱਟੀ? ਕਿਤੇ ਅਗਲਾ ਕਿਤੇ ਮਗਰ, ਜਿਵੇਂ ਜੇ ਸੂਤ ਆ ਜਾਂਦੇ ਬੁੜੀਆਂ ਦੇ ਚੋਈਆਂ ਨਾ। ਠੀਕ ਹੈ। ਅੱਛਾ ਹੁਣ 13 ਕਿਲੋ ਦੁੱਧ ਦੇਗੀ ਸੀਗੀ? ਪੱਕਾ ਪੱਕਾ। ਠੀਕ ਹੈ। ਅੱਛਾ ਟੀਕਾ ਕੁਛ ਪਤਾ ਇਹਦੇ ਹੁਣ ਕਿਹੜਾ ਭਰਿਆ? ਟੀਕਾ ਨਹੀਂ, ਇਹ ਡਾਇਰੈਕਟ ਸਾਨ ਤੋਂ ਕ੍ਰੋਸ ਕਰਾਈ ਹੈ। ਡਾਇਰੈਕਟ ਕ੍ਰੋਸ ਕਰਾਈ ਹੈ। ਕਿੰਨੇ ਦਿਨ ਲੈ ਜੂ ਬਈ ਸੂਣ ਚ? ਸੂਣ ਚ ਇਹਦੇ 17 ਤਰੀਕ ਨੂੰ ਦਿਨ ਪੂਰੇ ਆ। 17 ਤਰੀਕ ਨੂੰ? ਹਾਂਜੀ। ਅੱਜ ਹਜੇ 11 ਤਰੀਕ ਹੋਈ, 6 ਦਿਨ ਪਏ ਆ। ਹਾਂਜੀ ਹਾਂਜੀ। ਠੀਕ ਹੈ। ਅੱਛਾ ਜਿਹੜੀ ਇਹਦੇ ਨਾਲ ਕੱਟੀ ਹੈ ਬਈ, ਉਹ ਵੀ ਇਸੇ ਮੱਝ ਦੀ ਹੈ? ਇਸੇ ਮੱਝ ਦੀ। ਪਿਛਲੇ ਸੂਏ ਦੀ? ਹਾਂਜੀ ਹਾਂਜੀ। ਕਿੰਨੀ ਕੁ ਉਮਰ ਹੋ ਗਈ ਉਹਦੀ? ਉਹਦੀ ਹੈਗੀ ਹੈ ਜੀ ਇਸ 9 ਤਰੀਕ ਨੂੰ, ਮੰਨ ਲਾ ਵੀ 9ਵੇਂ ਮਹੀਨੇ। ਨਹੀਂ ਨਹੀਂ 14 ਮਹੀਨੇ ਉਮਰ ਹੈ ਜੀ। 14 ਮਹੀਨੇ? ਹਾਂਜੀ। ਠੀਕ ਹੈ ਇਸ ਟਾਈਮ? ਹਾਂਜੀ ਠੀਕ ਹੈ। ਅੱਛਾ ਇਹ ਜੋੜਾ ਹੀ ਵਿਕਾਊ ਕਰਤਾ? ਹਾਂਜੀ ਹਾਂਜੀ। ਰੇਟ ਜੋੜੇ ਦਾ ਹੀ ਰੱਖਾਂਗੇ? ਹਾਂਜੀ ਰੇਟ ਜੋੜੇ ਦਾ ਹੀ। ਕੀ ਰੇਟ ਕਿੱਟ ਹੈ? ਰੇਟ ਦਾ ਜੀ ਦੋਨਾਂ ਦਾ ਜਾਨੀ 1,35,000। 1,35,000 ਜੋੜੇ ਦਾ? ਹਾਂਜੀ। ਜੇ ਕੋਈ ਕੱਲੀ ਕੱਲੀ ਲੈਣੀ ਚਾਵੇ ਤਾਂ ਉਹਨੂੰ ਰੇਟ ਅਲੱਗ ਕਰ ਦਿਆਂਗੇ, ਕੱਲੀ ਵੇਚ ਦਿਆਂਗੇ? ਕਰ ਲਾਂਗੇ ਫਿਰ। ਚੱਲ ਠੀਕ ਹੈ। ਖੋਲੀ ਬਈ ਮੱਝ ਨੂੰ ਦੱਸੋ, 1,35,000 ਜੋੜੇ ਦਾ ਰੇਟ ਹੈ, ਨਾਲ ਹੀ ਇਹਦੀ ਧੀ ਹੈ ਜਿਹੜੀ ਉਹ ਵੀ ਵਕਾਊ ਹੈ। ਡਰਦੀ ਜ਼ਰੂਰ ਆ ਮੱਝ ਦੋਸਤੋ, ਕਿਉਂਕਿ ਇੱਥੇ ਸਾਹਮਣੇ ਬੰਨ ਦੇ ਬਈ ਇੱਕ ਵਾਰ, ਕਿਉਂਕਿ ਉਪਰਾ ਬੰਦਾ ਘਰਾਂ 'ਚ ਆਉਂਦਾ ਨਹੀਂ ਗਾ, ਉਹਦੇ ਕਰਕੇ ਪਸ਼ੂ ਡਰਦੇ ਰਹਿੰਦੇ ਆ। ਪਰ ਸਿੰਘ ਜ਼ਰੂਰ ਤੁਸੀਂ ਸ਼ੇਪ ਦੇਖ ਲਓਗੇ, ਥੋੜ੍ਹੀ ਸਾਈਡ ਨੂੰ ਜਾਂਦੀ ਹੈ, ਪਰ ਕੋਈ ਨਹੀਂ ਬਈ, ਮਾੜਾ ਪਾਸੇ ਰਹੀ ਤੂੰ। ਹਵਾਨਾ ਦੋਸਤੋ ਦੇਖ ਲਓ, ਥੋੜ੍ਹਾ ਜਿਹਾ ਮੇਰੇ ਤੋਂ ਡਰਦੀ ਹੈ, ਬਹੁਤ ਸੋਹਣਾ ਹਵਾਨਾ ਝੋਟੀ ਦਾ, ਤੁਸੀਂ ਜਦੋਂ ਸਾਈਡ ਨੂੰ ਜਾਂਦੀ ਉਦੋਂ ਦੇਖੋਗੇ। 1,35,000 ਦੋਸਤੋ ਜੋੜੇ ਦਾ ਰੇਟ ਬਾਈ ਨੇ ਕੀਤਾ। ਸੋ ਤੁਹਾਨੂੰ ਕੋਸ਼ਿਸ਼ ਹੈ ਇਸੇ ਤਰ੍ਹਾਂ ਹਵਾਨਾ ਦਿਖਾਉਣ ਦੀ, ਕਿਉਂਕਿ ਉਪਰੇ ਬੰਦੇ ਤੋਂ ਪਸ਼ੂ ਡਰਦਾ ਰਹਿੰਦਾ। ਇੱਕ ਜਗ੍ਹਾ ਤੰਗ ਆ ਨਾ ਫਿਰ ਆਪਣੇ ਕੋਲ, ਸਹੀ ਆਉਂਦਾ ਨਹੀਂ ਬੰਦਾ ਹੀ ਨਹੀਂ ਆਉਂਦਾ ਕੋਈ। ਸਹੀ ਹੈ। ਸੋ ਦੋਸਤੋ ਤੁਸੀਂ ਇਸੇ ਤਰ੍ਹਾਂ ਇਹਦਾ ਹਵਾਨਾ ਦੇਖਿਓ, ਹਵਾਨਾ ਬਹੁਤ ਸੋਹਣਾ ਦਿਖਾਉਂਦੀ ਹੈ, ਮੱਝ ਭਾਰੀ ਹੈ, ਵਜਨ ਵਾਲੀ ਹੈ, ਅਤੇ ਨਾਲ ਇਹਦੀ ਧੀ ਵੀ ਵਿਕਾਊ ਹੈ, ਇਹ ਵੀ ਤੁਹਾਨੂੰ ਦਿਖਾ ਦਿੰਦਾ, ਅੱਖਾਂ ਨੀਲੀ ਵਾਲੀਆਂ। ਇਹਦਾ ਸਿੰਘ ਬਿਲਕੁਲ ਕੁੰਡਾ ਅਤੇ ਪਤਲਾ ਛੋਟਾ ਸਿੰਘ ਹੈ, ਦੇਖ ਸਕਦੇ ਹੋ ਸਿੰਘ ਤੁਸੀਂ ਇਹਦਾ, ਬਿਲਕੁਲ ਕੁੰਡਾ ਰੱਖੂਗੀ। ਉਮਰ 14 ਮਹੀਨੇ ਦੱਸੋ, ਇਸੇ ਮੱਝ ਦੀ ਧੀ ਹੈ। ਇਹਦਾ ਵੀ ਪਿੱਠ ਪੁੜਾ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਇਹਦੇ ਥਣ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਚਾਰੇ ਥਣ ਤੁਹਾਨੂੰ ਨਿਖੜਵੇਂ ਦਿਸਣਗੇ, ਦੇਖ ਸਕਦੇ ਹੋ ਦੋਸਤੋ ਥਣ ਇਹਦੇ ਵਿੱਥੀ 'ਤੇ ਆ, ਨਿਖੜਵੇਂ ਆ। ਸੋ ਇਹ ਦੱਸੋ ਝੋਟੀ, ਇਹ ਵੀ ਵੀਰ ਨੇ ਵੇਚਣੀ ਹੈ, ਇਸੇ ਮੱਝ ਦੀ ਧੀ ਹੈ, ਜੋੜਾ ਤੁਸੀਂ ਖਰੀਦ ਸਕਦੇ ਹੋ। ਰੇਟ ਵੀਰ ਨੇ ਜਿਹੜਾ ਕੀਤਾ ਉਹ ਜੋੜੇ ਦਾ ਕੀਤਾ 1,35,000 ਰੁਪਈਆ, ਪਰ ਜੇ ਤੁਸੀਂ ਇਕੱਲੀ ਝੋਟੀ ਖਰੀਦਣੀ ਚਾਹੋ ਤਾਂ ਵੀ, ਇਸ ਮੱਝ ਨੂੰ ਖਰੀਦਣਾ ਚਾਹੋ ਤਾਂ ਵੀ ਤੁਸੀਂ ਕਾਲ ਕਰ ਲਿਓ, ਅਤੇ ਜੇ ਤੁਸੀਂ ਕੱਟੀ ਇਕੱਲੀ ਖਰੀਦਣੀ ਹੈ ਤਾਂ ਵੀ ਕਾਲ ਕਰ ਲਿਓ। ਜ਼ੂਮ ਕਰਕੇ ਹਵਾਨਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਲੈਂਦਾ, ਨੇੜੇ ਬਹੁਤਾ ਹੋਣ ਨਹੀਂ ਦਿੰਦੀ ਕਿਉਂਕਿ ਡਰਦੀ ਜ਼ਿਆਦਾ। ਤੁਹਾਨੂੰ ਕੋਸ਼ਿਸ਼ ਹੋਊਗੀ ਤੁਸੀਂ ਇਵੇਂ ਹਵਾਨਾ ਇਹਦਾ ਦੇਖ ਸਕੋ। ਸੋ ਬਹੁਤ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਵਾਸਤੇ। ਜਿਹਨੂੰ ਇਹ ਮੱਝ, ਜਿਹਨੂੰ ਇਹ ਝੋਟੀ ਪਸੰਦ ਆਵੇ, ਤੀਜੇ ਸੂਏ ਸੋਹਣੀ ਹੈ, ਆਪਦੀ ਤਸੱਲੀ ਕਰਕੇ ਖਰੀਦੋ। ਮਿਹਰਬਾਨੀ ਵੀਡੀਓ ਦੇਖਣ ਲਈ।